ਮੇਰਾ ਨਾਮ ਦਵਨਪ੍ਰੀਤ ਹੈ। ਮੈਂ ਡਾਕਟਰ ਅਮਿਤ ਤੋਂ ਆਪਣਾ ਹਰਨੀਆ ਇਨ ਐਗਰਲ ਦਾ ਆਪਰੇਸ਼ਨ ਕਰਾਇਆ ਸੀ। ਉਹ ਸਾਈਜ਼ 'ਚ ਥੋੜ੍ਹਾ ਵੱਡਾ ਸੀ, ਮੈਨੂੰ ਬਹੁਤ ਵਧੀਆ ਲੱਗਾ। ਇਹਨਾਂ ਨੇ ਆਪਰੇਟ ਬਹੁਤ ਵਧੀਆ ਤਰੀਕੇ ਨਾਲ ਕੀਤਾ, ਜਿਸਦਾ ਮੈਂ ਸੈਟਿਸਫਾਈਡ ਹਾਂ। ਅੱਜ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਆਪਣੇ ਆਪ ਨੂੰ ਫਿੱਟ ਫੀਲ ਕਰ ਰਿਹਾ ਹਾਂ। ਤਾਂ ਮੈਂ ਫਿਰ ਸਰਚ ਕੀਤਾ ਅਤੇ ਡਾਕਟਰ ਫੋਰ ਆਪਰੇਸ਼ਨ ਐਂਡ ਆਈ ਵੈਂਟ ਹਿਮ, ਮੈਂ ਇਹਨਾਂ ਨੂੰ ਮਿਲਿਆ ਅਤੇ ਮੈਨੂੰ ਇਹਨਾਂ ਨੇ ਜਿਸ ਤਰ੍ਹਾਂ ਸੈਟਿਸਫਾਈਡ ਕੀਤਾ ਆਪਰੇਸ਼ਨ ਕਰਾਉਣ ਲਈ, ਅਤੇ ਫਿਰ ਮੈਨੂੰ ਅੱਛਾ ਲੱਗਿਆ। ਤਾਂ ਮੈਂ ਇੱਕ ਮਿੰਟ 'ਚ ਡਿਸੀਜਨ ਲੈ ਲਿਆ ਕਿ ਆਪਰੇਸ਼ਨ ਇੱਥੋਂ ਹੀ ਕਰਾਉਣਾ, ਹੋਰ ਕਿਤੇ ਨਹੀਂ ਕਰਾਉਣਾ। ਤਾਂ ਆਪਰੇਸ਼ਨ ਦੇ ਨੈਕਸਟ ਡੇ ਤਾਂ ਮੈਨੂੰ ਖਾਣਾ ਸ਼ੁਰੂ ਹੋ ਗਿਆ ਸੀ ਮੇਰਾ ਪ੍ਰੋਪਰ, ਔਰ ਜਿਹੜਾ ਸਟੂਲ ਪਾਸ ਨੈਕਸਟ ਸੈਕਿੰਡ ਡੇ ਸਟੂਲ ਪਾਸ ਚੁੱਕੇ, ਕੋਈ ਡਿਫੀਕਲਟੀਜ਼ ਨਹੀਂ ਆਈਆਂ। ਮੈਂ ਉਹਨਾਂ ਨੂੰ ਜ਼ਰੂਰ ਗਾਈਡ ਕਰਾਂਗਾ ਕਿ ਅਮਿਤ ਜੀ ਤੋਂ ਹੀ ਆਪਰੇਸ਼ਨ ਕਰਾਉਣ, ਅਤੇ ਫਰਦਰ ਹੋਰ ਵੀ ਇਹਨਾਂ ਦਾ ਐਕਸਪੀਰੀਅੰਸ ਜਿੰਨਾ ਹੈ ਜੋ ਇਹ ਦੱਸਦੇ ਨੇ ਉਸ ਹਿਸਾਬ ਨਾਲ, ਤਾਂ ਕਿ ਡਾਕਟਰਸ ਕੀ ਹੈ ਐਜ਼ ਅ ਫਰੈਂਡ ਟ੍ਰੀਟ ਕਰਦੇ ਨੇ। ਸਭ ਤੋਂ ਵੱਡੀ ਗੱਲ ਹੈ ਫਰੈਂਡ ਦੇ ਨੇ, ਐਜ਼ ਅ ਫਰੈਂਡ ਅਸੀਂ ਇਹਨਾਂ ਨਾਲ ਕੁਛ ਵੀ ਡਿਸਕਸ ਕਰ ਲਓ, ਉਹ ਪੂਰਾ ਗੱਲ ਦੱਸਦੇ ਨੇ ਸਾਨੂੰ, ਪ੍ਰੋਬਲਮਸ ਵੀ ਦੱਸਦੇ ਨੇ ਕਿ ਤੁਹਾਨੂੰ ਇਹ ਰਿਕਵਰੀ ਹੈ, ਤੁਹਾਡੀ ਸਪੋਰਟ ਹੈ, ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਯੂਜ਼ ਕਰਨਾ ਹੈ, ਅਤੇ ਤੁਸੀਂ ਆਪਣੇ ਆਪ 'ਤੇ ਕਿਸ ਤਰ੍ਹਾਂ ਨੂੰ ਚੇਂਜ ਕਰਕੇ ਆਪਣੇ ਆਪ ਨੂੰ ਆਪਣੇ ਨਵੇਂ ਸਟਾਈਲ ਦੇ ਨਾਲ ਆਪਰੇਸ਼ਨ ਦੇ ਨਾਲ ਤੁਸੀਂ ਅਪਡੇਟ ਕਿਸ ਤਰ੍ਹਾਂ ਆਉਣਾ, ਉਹ ਵੀ ਪ੍ਰੋਪਰ ਗਾਈਡ ਕੀਤਾ ਸੀ ਮੈਨੂੰ।